ਇਹ ਤੁਸੀਂ ਗਰੰਟੀਆਂ ਦੀ ਗੱਲ ਕਰ ਰਹੇ ਹਾਂ ਸਰ, ਮੈਂ ਸਮਝਦਾ ਮੋਟੀ ਮੋਟੀ ਇੱਕ ਗਰੰਟੀ ਰਹਿ ਗਈ, ਉਹ ਵੀ ਬੜੀ ਜਲਦੀ ਪੂਰੀ ਕਰਾਂਗੇ, ਪਰ ਲੇਕਿਨ ਹੁਣ ਤੱਕ ਲਗਭਗ ਅਸੀਂ ਆਪਣੀਆਂ 85% ਤੋਂ ਉੱਪਰ ਗਰੰਟੀਆਂ ਜਿਹੜੀਆਂ ਉਹ ਪੂਰੀਆਂ ਪੰਜਾਬ 'ਚ ਕਰ ਚੁੱਕੇ ਹਾਂਗੇ, ਜਿਨ੍ਹਾਂ ਵਿੱਚੋਂ ਮੈਂ ਸਮਝਦਾ ਸਭ ਤੋਂ ਵੱਡੀ ਗਰੰਟੀ ਸੀ ਪੰਜਾਬ ਦੇ ਇੱਧਰ ਐਜੂਕੇਸ਼ਨ ਨੂੰ ਲੈ ਕੇ, ਸਿੱਖਿਆ ਨੂੰ ਲੈ ਕੇ, ਕਿ ਅਸੀਂ ਸਿੱਖਿਆ ਦੇ ਅੰਦਰ ਸਕੂਲ ਆਫ ਐਮੀਨੈਂਸ ਬਣਾਵਾਂਗੇ, ਅਸੀਂ ਸਿੱਖਿਆ ਦੇ ਅੰਦਰ ਆਪਣੇ ਅਧਿਆਪਕਾਂ ਨੂੰ, ਆਪਣੇ ਟੀਚਰ ਸਾਹਿਬਾਨ ਨੂੰ ਵੱਡੀਆਂ ਇੰਸਟੀਟਿਊਸ਼ਨ ਦੇ ਅੰਦਰ, ਬਾਹਰਲੇ ਦੇਸ਼ਾਂ ਦੇ ਅੰਦਰ ਜਿਹੜੀਆਂ ਅਸੀਂ ਅੱਛੀਆਂ ਇੰਸਟੀਟਿਊਸ਼ਨ ਹੈਗੀਆਂ ਉਹਨਾਂ ਦੇ ਅੰਦਰ ਸਿਖਲਾਈ ਲੈਣ ਲਈ ਭੇਜਾਂਗੇ, ਤਾਂ ਕਿ ਉੱਥੋਂ ਪੜ੍ਹ ਕੇ ਅੱਗੇ ਸਾਡੇ ਬੱਚਿਆਂ ਨੂੰ ਪੜ੍ਹਾਉਣ। ਉਹਦੇ ਵਿੱਚ ਅਸੀਂ ਬਿਲਕੁਲ 100% ਕਾਮਯਾਬ ਹੋਇਆਂਗੇ, ਸਕੂਲ ਆਫ ਐਮੀਨੈਂਸ ਵੀ ਬਣਨ ਲੱਗ ਗਏ, ਔਰ ਸਾਡੇ ਅਧਿਆਪਕ, ਸਾਡੇ ਟੀਚਰ ਜਿਹੜੇ ਨੇਗੇ ਉਹ ਬਾਹਰਲੇ ਸਟੇਟਾਂ ਜਾ ਕੇ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਟ੍ਰੇਨਿੰਗ ਲੈ ਕੇ ਆਏ ਨੇ। ਸਾਡੀ ਜਿਹੜੀ ਇਹ ਗਰੰਟੀ ਸੀਗੀ ਉਹ ਅਸੀਂ ਲਗਭਗ ਉੱਥੇ ਪੂਰੀ ਹੋ ਚੁੱਕੀ ਹੈ। ਔਰ ਦੂਜੀ ਗਰੰਟੀ ਸੀ ਪੰਜਾਬ ਦੇ ਲੋਕਾਂ ਨੂੰ ਕਿ 300 ਯੂਨਿਟ ਅਸੀਂ ਫਰੀ ਆਫ ਕੋਸਟ ਇਲੈਕਟ੍ਰੀਸਿਟੀ ਦੇਵਾਂਗੇ, ਇਹਦੇ 'ਚੋਂ ਮੈਨੂੰ ਲੱਗਦਾ ਬਹੁਤ ਸਾਰੇ ਤੁਹਾਡੇ 'ਚੋਂ ਤਾਂ ਵੈਸੇ ਘੱਟ ਹੋਣਗੇ, ਬਹੁਤ ਸਾਰਿਆਂ ਨੂੰ ਜਿਹੜੀ ਆ ਉਹ 300 ਯੂਨਿਟ ਜਿਹੜੀ ਆ ਉਹ ਮੁਫਤ ਬਿਜਲੀ ਦੀ ਸਕੀਮ ਤੁਹਾਡੇ 'ਚੋਂ ਵੀ ਆਉਂਦੇਗੇ। ਤੁਹਾਨੂੰ ਪਤਾ ਕਿ 3 ਮਹੀਨਿਆਂ 'ਚ ਅਸੀਂ ਉਹ ਸੈਕਿੰਡ ਜਿਹੜੀ ਸਾਡੀ ਕਮਿਟਮੈਂਟ ਸੀ, ਜਿਹੜੀ ਗਰੰਟੀ ਸੀ ਉਹ ਪੰਜਾਬ ਦੇ ਲੋਕਾਂ ਨਾਲ ਪੂਰੀ ਕੀਤੀ। ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਦਾ ਵਾਅਦਾ ਸੀਗਾ ਕਿ ਪਰਮਾਤਮਾ ਨਾ ਕਰੇ ਜੇਕਰ ਪੰਜਾਬ ਦਾ ਕੋਈ ਨੌਜਵਾਨ, ਪੰਜਾਬ ਦਾ ਕੋਈ ਸੈਨਿਕ ਸੁਰੱਖਿਆ ਬਲ ਦੇ ਅੰਦਰ ਸ਼ਹਾਦਤ ਦਾ ਜਾਮ ਪੀ ਜਾਂਦਾ, ਸ਼ਹੀਦ ਹੋ ਜਾਂਦਾ, ਤਾਂ ਅਸੀਂ ਉਹਨੂੰ 1 ਕਰੋੜ ਰੁਪਈਆ ਸਹਾਇਤਾ ਰਾਸ਼ੀ ਵਜੋਂ ਦੇਵਾਂਗੇ। ਉਹ ਅਸੀਂ ਵਾਅਦਾ ਬਾਖੂਬੀ ਪੰਜਾਬ ਦੇ ਲੋਕਾਂ ਨੇ ਨਿਭਾਇਆ, ਪੂਰਾ ਹੋ ਗਿਆ, ਔਰ 100% ਅਸੀਂ ਉਹਦੀ ਕਮਿਟਮੈਂਟ ਦੇ ਨਾਲ ਉੱਥੇ ਖਰੇ ਉਤਰੇ। ਤੀਜੇ ਸਾਲ ਦਾ ਪੰਜਾਬ ਦਾ ਬਜਟ ਅੱਜ ਪੰਜਾਬ ਦੀ ਇਸ ਪਵਿੱਤਰ ਵਿਧਾਨ ਸਭਾ ਦੇ ਅੰਦਰ ਪੇਸ਼ ਹੋਇਆਗਾ। ਤੀਜਾ ਬਜਟ 2 ਲੱਖ, ਜਿਸ ਤਰ੍ਹਾਂ ਪਹਿਲਾਂ ਮੈਂ ਵਿਧਾਨ ਸਭਾ 'ਚ ਦੱਸਿਆ, 2,04,918 ਕਰੋੜ ਰੁਪਏ ਦਾ ਸੀ ਪੰਜਾਬ ਦੀ ਵਿਧਾਨ ਸਭਾ 'ਚ ਤਜਵੀਜ਼ ਕੀਤਾ, ਜਿਹਦੇ ਵਿੱਚ ਮਾਲੀਆ ਘਾਟਾ ਅਤੇ ਵਿੱਤੀ ਘਾਟਾ ਕ੍ਰਮਵਾਰ 2.77% ਅਤੇ 3.80% ਜਿਹੜੇ ਅਸੀਂ ਉਹ ਟੀਚੇ ਰੱਖੇ ਨੇ, ਅਨੁਮਾਨ ਲਾਏ ਨੇਗੇ। ਜਦਕਿ ਪਿਛਲੇ ਸਾਲ ਇਹੀ ਸੇਮ, ਜਿਵੇਂ ਮਾਲੀਆ ਘਾਟੇ ਦੀ ਗੱਲ ਕਰਾਂ, 3.13 ਸੀ, ਜਿਹੜਾ ਕਿ ਹੁਣ 2.77 ਹੋ ਗਿਆ। ਇਸੇ ਤਰ੍ਹਾਂ ਵਿੱਤੀ ਘਾਟਾ 4.12 ਸੀ, ਜਿਹੜਾ ਕਿ ਅਸੀਂ ਹੁਣ 3.80% ਜਿਹੜਾ ਉਹ ਨੋਟ ਕੀਤਾ ਗਾ। ਸੋ ਮੈਂ ਸਮਝਦਾ ਇੱਕ ਬੜਾ ਪੋਜ਼ਿਟਿਵ ਸਟੈਪ ਆ ਸਰਕਾਰ ਦਾ, ਇਹ ਤਾਂ ਪੋਸੀਬਲ ਹੋ ਸਕਿਆ ਕਿਉਂਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ, ਇੱਕ ਨੇਕ ਨੀਤੀ ਦੀ ਸਰਕਾਰ ਜਿਹੜੀ ਆ ਉਹ ਆਈ ਆ। ਇਸੇ ਸਾਲ ਜਿਹੜੇ ਅਸੀਂ ਰੈਵਨਿਊ ਐਕਸਪੈਂਡੀਚਰ ਦੇ ਖਰਚੇ ਨਿਰਧਾਰਤ ਕੀਤੇ ਨੇਗੇ, ਰੈਵਨਿਊ ਐਕਸਪੈਂਡੀਚਰ ਦੇ 1,27,134 ਕਰੋੜ ਰੁਪਏ, 1,27,134 ਕਰੋੜ ਰੁਪਏ ਦੇ ਜਿਹੜੇ ਅਸੀਂ ਰੈਵਨਿਊ ਐਕਸਪੈਂਡੀਚਰ ਜਿਹੜੇ ਉਹ ਨਿਰਧਾਰਤ ਕੀਤੇ ਨੇਗੇ। ਇਸੇ ਤਰ੍ਹਾਂ ਜੇ ਮੈਂ ਇਫੈਕਟਿਵ ਕੈਪੀਟਲ ਐਕਸਪੈਂਡੀਚਰ ਦੀ ਗੱਲ ਕਰਾਂ, ਕੈਪੀਟਲ ਐਕਸਪੈਂਡੀਚਰ ਜਿਹੜੇ ਨੇਗੇ ਉਹ 8,399 ਯਾਨੀ ਕਿ ਲਗਭਗ 8,399 ਕਰੋੜ ਰੁਪਏ ਜਿਹੜੇ ਅਸੀਂ ਰਾਖਵੇ ਰੱਖੇ ਨੇ ਪੰਜਾਬ ਦੇ ਕੈਪੀਟਲ ਐਕਸਪੈਂਡੀਚਰ ਦੇ। ਇਸੇ ਤਰ੍ਹਾਂ ਪੀ ਆਈ ਡੀ ਬੀ ਦੀ ਮੈਂ ਗੱਲ ਕਰਾਂ, ਪੀਡਾ ਦੀ ਗੱਲ ਕਰਾਂ, ਉਹਦੇ 'ਚ ਕਪੈਕਸ ਦੇ ਇਹਦੇ ਨਾਲ ਹੀ ਕਿਉਂਕਿ ਮੈਂ ਤਾਂ ਬੋਲ ਰਿਹਾ, 84 ਕਰੋੜ ਜੇ ਆਪਾਂ ਐਡ ਕਰ ਲਈਏ ਤਾਂ 1,000 ਕਰੋੜ ਰੁਪਈਆ ਉਹਦੇ ਲਈ ਵੀ ਅਸੀਂ ਰਾਖਵਾਂ ਰੱਖਿਆ ਗਿਆ। ਸੋ ਕੁੱਲ ਜੇ ਮੈਂ ਕਹਾਂ ਤਾਂ ਇਹ 9,900 ਕਰੋੜ ਰੁਪਇਆ ਰਾਸ਼ੀ ਤੈਅ ਹੋ ਜਾਂਦੀ ਹੈ। ਇਸੇ ਤਰ੍ਹਾਂ ਕੁੱਲ ਜਿਵੇਂ ਪਹਿਲਾਂ ਮੈਂ ਦਰਸਾਇਆ ਗਾ ਕਿ 2.77 ਸਾਡਾ ਰੈਵਨਿਊ ਡੈਫੀਸਿਟ ਆ,
ਇਹ 22,200 ਲਗਭਗ 244 ਕਰੋੜ ਰੁਪਇਆ ਬਣਦਾ ਹੈਗਾ। ਇਫੈਕਟਿਵ ਜਿਹੜਾ ਰੈਵਨਿਊ ਡੈਫੀਸਿਟ ਆ 22,244 ਕਰੋੜ ਰੁਪਇਆ, 2.77% GSDP ਦਾ, ਟੋਟਲ GSDP ਦਾ ਉਹ ਬਣਦਾ ਹੈਗਾ। ਇਸੇ ਤਰ੍ਹਾਂ ਫਿਸਕਲ ਡੈਫੀਸਿਟ ਦੀ ਮੈਂ ਗੱਲ ਕਰਾਂ, ਫਿਸਕਲ ਡੈਫੀਸਿਟ ਜਿਹੜਾ ਉਹ 30,464 ਕਰੋੜ ਰੁਪਏ, 30,400 ਕਰੋੜ ਰੁਪਏ ਜਿਹੜਾ ਕਿ ਦੈਟ ਇਜ਼ ਇਕੁਅਲ ਟੂ 3.80% ਆਫ ਦੀ GSDP, 3.80% ਆਫ ਦੀ GDP, 3.80% ਆਫ ਦੀ GDP ਆ ਜਿਹੜੀ ਜਿਹੜੀ ਸਾਨੂੰ ਜਿਹੜੀ ਰੇਂਜ ਪ੍ਰਿੰਸੀਪਲ ਆ ਉਹ ਹੋਈ ਆ। ਸੋ ਇਸੇ ਤਰ੍ਹਾਂ ਮੈਂ ਇਫੈਕਟਿਵ ਜਿਹੜਾ ਆਊਟਸਟੈਂਡਿੰਗ ਡੈਟ ਆ ਉਹਦੀ ਮੈਂ ਗੱਲ ਕਰਾਂ, 2,93,729, 22-23 'ਚ 2,93,979, ਇਸੇ ਤਰ੍ਹਾਂ 23-24 'ਚ RE ਦੀ ਮੈਂ ਗੱਲ ਕਰਾਂ, RE ਦੀ ਗੱਲ 23,135, ਇਸੇ ਤਰ੍ਹਾਂ ਮੈਂ ਹੁਣ ਬਜਟ ਦੀ ਗੱਲ ਕਰਾਂ 53,600, ਜਿਹੜਾ ਕਿ ਬੜਾ ਇੰਪੋਰਟੈਂਟ ਪੁਆਇੰਟ ਆ। ਕਈ ਲੋਕ ਮੇਰੇ ਸਾਥੀ ਸੱਜਣ ਜਿਹੜੇ ਕਿ ਵਿਧਾਨ ਸਭਾ ਤੋਂ ਬਾਹਰ ਵੀ ਨੇ ਜਾਂ ਵਿਧਾਨ ਸਭਾ 'ਚ ਵੀ ਨੇ, ਜਿਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਤੋਂ ਬਾਹਰ ਕੀਤਾ ਗਾ, ਕੁਛ ਨੂੰ ਅੰਦਰ ਭੇਜਿਆ, ਉਹ ਗੱਲ ਕਰਦੇ ਹੁੰਦੇ ਨੇ ਕਿ ਉਹਦੀ ਮੈਂ GSDP ਦੀ ਗੱਲ ਕਰਾਂ ਤਾਂ 22-23 'ਚ 43.64 ਸੀਗਾ ਅਤੇ ਪਿਛਲੇ ਸਾਲ 43.84 ਸੀਗਾ, ਸੋ ਇਸ ਵਾਰ ਉਹ 44.5 ਆ, ਯਾਨੀ ਕਿ ਲਗਭਗ 44% ਆ ਉਹਦੇ 'ਚ ਡਾਊਨ ਜਿਹੜਾ ਸੀ ਕਿਹਾ ਗਿਆ। ਸੋ ਇਸ ਤੋਂ ਬਿਨਾਂ ਹੋਰ ਵੱਖ ਵੱਖ ਸੈਕਟਰਾਂ ਦੇ ਅੰਦਰ ਮੈਂ ਆਲਰੇਡੀ ਜਿਹੜਾ ਉਹ ਐਕਸਪਲੇਨ ਕਰ ਚੁੱਕਿਆ ਹੈਗਾ ਕਿ ਕਿਹੜੇ ਕਿਹੜੇ ਰੱਖੇ ਨੇਗੇ। ਸੋ ਮੈਂ ਸਮਝਦਾ ਤੀਜਾ ਬਜਟ ਜਿਹੜਾ ਹੈਗਾ, ਤੀਜਾ ਬਜਟ ਵੀ ਜਿਹੜਾ ਅਸੀਂ ਬਗੈਰ ਕੋਈ ਨਵਾਂ ਟੈਕਸ ਇੰਪੋਜ਼ ਕੀਤੇ, ਜਿਸ ਤਰ੍ਹਾਂ ਪਹਿਲੇ ਦੋ ਟੈਕਸ ਸੀ ਜਿਹੜੇ, ਦੋ ਬਜਟ ਸੀਗੇ ਉਹ ਬਗੈਰ ਟੈਕਸ ਤੋਂ ਲੋਕ ਹਿੱਤ ਬਜਟ ਸੀਗੇ, ਲੋਕ ਪੱਖੀ ਬਜਟ ਸੀਗੇ। ਤੀਜਾ ਬਜਟ ਵੀ ਜਿਹੜਾ ਹੈਗਾ ਉਹ ਲੋਕ ਪੱਖੀ ਆ, ਲੋਕਾਂ ਦੀ ਆਸ਼ਾ ਨੂੰ, ਪੰਜਾਬ ਦੇ ਐਗਰੀਕਲਚਰ ਖੇਤਰ ਨੂੰ, ਪੰਜਾਬ ਦੇ ਐਜੂਕੇਸ਼ਨ ਖੇਤਰ ਨੂੰ, ਪੰਜਾਬ ਦੇ ਮੈਡੀਕਲ ਖੇਤਰ ਨੂੰ, ਪੰਜਾਬ ਦੇ ਸਰਵਿਸ ਖੇਤਰ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਾ। ਸੋ ਮੈਂ ਸਮਝਦਾ ਕਿ ਸਰਬ ਪੱਖੀ ਜਿਹੜਾ ਉਹ ਲੋਕ ਪੱਖੀ ਜਿਹੜਾ ਬਜਟ ਅੱਜ ਅਸੀਂ ਪੰਜਾਬ ਦੀ ਵਿਧਾਨ ਸਭਾ 'ਚ ਪੇਸ਼ ਕੀਤਾ ਗਾ। ਸੋ ਜਿਸ ਤਰ੍ਹਾਂ ਮੈਂ ਗੱਲ ਕਿਹਾ ਸੀਗਾ ਕਿ ਪਿਛਲੇ ਸਾਲ ਦੌਰਾਨ ਅਸੀਂ GVK ਵਰਗ ਜਿਹੜਾ ਗੁਰੂ ਜੀ ਦਾ ਨਾਮ ਗੁਰੂ ਅਮਰਦਾਸ ਜੀ ਥਰਮਲ ਪਲਾਂਟ ਰੱਖਿਆ ਗਾ, ਉਹ ਵੀ ਅਸੀਂ ਇਸੇ ਸਾਲ 'ਚ ਖਰੀਦਿਆ ਗਾ, ਜਿਹੜਾ ਲਗਭਗ 1,080 ਕਰੋੜ ਰੁਪਏ, ਜਿਹਦੀ ਕੋਸਟ ਬੜੀ ਘੱਟ ਹੈ, 1,080 ਕਰੋੜ ਰੁਪਏ, ਜਦਕਿ ਜੇ ਨਵਾਂ ਪ੍ਰੋਜੈਕਟ ਲਾਉਣਾ ਹੋਵੇ ਤਾਂ ਉਹਦੇ ਉੱਤੇ ਲਗਭਗ 8.5%, 8 ਕਰੋੜ ਰੁਪਏ ਪ੍ਰਤੀ ਮੈਗਾਵਾਟ ਉੱਤੇ ਖਰਚਾ ਆਉਂਦਾ ਹੈਗਾ, ਜਦਕਿ ਅਸੀਂ ਉਹ ਪ੍ਰੋਜੈਕਟ ਜਿਹੜਾ ਉਹ 2 ਕਰੋੜ ਰੁਪਏ ਦੇ, ਸਿਰਫ 2 ਕਰੋੜ ਰੁਪਏ ਮੈਗਾਵਾਟ ਦੇ ਹਿਸਾਬ ਦੇ ਨਾਲ ਉਹਨੂੰ ਪਰਚੇਜ ਕੀਤਾ ਗਿਆ। ਡੋਰ ਸਟੈਪ ਡਿਲੀਵਰੀ, ਰਾਸ਼ਨ ਦੀ ਡਿਲੀਵਰੀ, ਉਹਦੇ ਲਈ ਰਾਖਵੇਂ ਫੰਡ ਰੱਖੇ ਗਏ ਨੇਗੇ। ਇਸੇ ਤਰ੍ਹਾਂ ਮਹੱਲਾ ਕਲੀਨਿਕ ਲਗਾਤਾਰ, ਉਹ ਜਿਵੇਂ ਪਹਿਲਾਂ 829 ਅਸੀਂ ਬਣਾਏ ਨੇਗੇ, ਇਹ ਲਗਾਤਾਰ ਇਸੇ ਤਰ੍ਹਾਂ ਪੂਰਾ ਸਾਲ ਭਰ ਖੁੱਲ੍ਹਦੇ ਵੀ ਰਹਿਣਗੇ ਔਰ ਲੋਕਾਂ ਨੂੰ ਸੇਵਾਵਾਂ ਵੀ ਜਿਹੜੀਆਂ ਉਹ ਜਾਰੀ ਜਿਹੜੀਆਂ ਰਹਿਣਗੀਆਂ। ਇਸੇ ਤਰ੍ਹਾਂ ਸਕੂਲ ਆਫ ਬ੍ਰਿਲੀਅੰਸ, ਸਕੂਲ ਆਫ ਐਜੂਕੇਸ਼ਨ ਦੀ ਗੱਲ ਕਰੀਏ, ਸਕੂਲ ਆਫ ਬ੍ਰਿਲੀਅੰਸ
100 ਸਕੂਲ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਉਹਨਾਂ ਨੂੰ ਸਕੂਲ ਆਫ ਬ੍ਰਿਲੀਅੰਸ ਦੇ ਵਿੱਚ ਤਬਦੀਲ ਕੀਤਾ ਜਾਊਗਾ। ਸਕੂਲ ਆਫ ਐਮੀਨੈਂਸ ਪਿਛਲੇ ਸਾਲ ਅਸੀਂ ਕੀਤੇ 118 ਜਿਨ੍ਹਾਂ 'ਚ 14 ਬਣ ਕੇ ਤਿਆਰ ਹੋ ਗਏ, ਲੋਕਾਂ ਨੂੰ ਸਮਰਪਿਤ ਨੇਗੇ। ਇਸੇ ਤਰ੍ਹਾਂ ਸਕੂਲ ਆਫ ਅਪਲਾਈਡ ਲਰਨਿੰਗ 40 ਸਕੂਲ ਆਈਡੈਂਟੀਫਾਈ ਕੀਤੇ ਗਏ ਨੇਗੇ। ਸਕੂਲ ਆਫ ਹੈਪੀਨੈਸ ਕਦੇ ਇਹ ਪ੍ਰਾਈਵੇਟ ਸਕੂਲਾਂ ਦਾ ਕੰਸੈਪਟ ਹੁੰਦਾ ਸੀਗਾ, ਪਰ ਲੇਕਿਨ ਸਰਕਾਰ ਨੇ ਪਹਿਲੀ ਵਾਰ ਹੋਇਆ ਕਿ ਸਕੂਲ ਆਫ ਹੈਪੀਨੈਸ ਜਿਹੜਾ ਉਹ 100 ਅਸੀਂ ਪ੍ਰਾਇਮਰੀ ਸਕੂਲ ਆਈਡੈਂਟੀਫਾਈ ਕੀਤੇ ਨੇਗੇ। ਅਗਲੇ ਸਾਲ ਦੇ ਦੌਰਾਨ ਸਕੂਲ ਆਫ ਹੈਪੀਨੈਸ 100 ਜਿਹੜੇ ਨੇਗੇ ਉਹ ਤਬਦੀਲ ਹੋਣਗੇ। ਸੋ ਮੈਂ ਜ਼ਿਆਦਾ ਤੁਹਾਡੇ ਨਾਲ, ਕਿਉਂਕਿ ਪੂਰਾ ਦਾ ਪੂਰਾ ਬਜਟ ਮੈਂ ਲਗਭਗ 1 ਘੰਟਾ 20 ਮਿੰਟ ਦੇ ਵਿੱਚ ਤੁਹਾਡੇ, ਤੁਸੀਂ ਬਹੁਤ ਸਾਰੇ ਸਾਥੀ ਗੈਲਰੀ 'ਚ ਬੈਠੇ ਸੀਗੇ, ਸਰਮੁੱਖ ਅੰਕੜਿਆਂ ਸਮੇਤ ਕੀਤਾ ਗਾ। ਸੋ ਮੈਂ ਇੰਨਾ ਹੀ ਕਹਾਂਗਾ ਕਿ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੇ ਕੋਈ ਕੁਸ਼ਚਨ ਹੈ ਤਾਂ ਪਲੀਜ਼। ਹੈਜੀ ਬਿਲਕੁਲ, ਜਦੋਂ ਪੰਜਾਬ 'ਚ ਇਲੈਕਸ਼ਨ ਹੋ ਰਹੀ ਸੀ 2022 'ਚ, ਉਦੋਂ ਬਹੁਤ ਸਾਰੀਆਂ ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਿੱਤੀਆਂ ਸੀਗੀਆਂ, ਜਿਨ੍ਹਾਂ ਵਿੱਚੋਂ ਮੈਂ ਸਮਝਦਾ ਸਭ ਤੋਂ ਵੱਡੀ ਗਰੰਟੀ ਸੀ ਪੰਜਾਬ ਦੇ ਇੱਧਰ ਐਜੂਕੇਸ਼ਨ ਨੂੰ ਲੈ ਕੇ, ਸਿੱਖਿਆ ਨੂੰ ਲੈ ਕੇ, ਕਿ ਅਸੀਂ ਸਿੱਖਿਆ ਦੇ ਅੰਦਰ ਸਕੂਲ ਆਫ ਐਮੀਨੈਂਸ ਬਣਾਵਾਂਗੇ, ਅਸੀਂ ਸਿੱਖਿਆ ਦੇ ਅੰਦਰ ਆਪਣੇ ਅਧਿਆਪਕਾਂ ਨੂੰ, ਆਪਣੇ ਟੀਚਰ ਸਾਹਿਬਾਨ ਨੂੰ ਵੱਡੀਆਂ ਇੰਸਟੀਟਿਊਸ਼ਨ ਦੇ ਅੰਦਰ, ਬਾਹਰਲੇ ਦੇਸ਼ਾਂ ਦੇ ਅੰਦਰ ਜਿਹੜੀਆਂ ਅਸੀਆਂ ਅੱਛੀਆਂ ਇੰਸਟੀਟਿਊਸ਼ਨ ਹੈਗੀਆਂ ਉਹਨਾਂ ਦੇ ਅੰਦਰ ਸਿਖਲਾਈ ਲੈਣ ਲਈ ਭੇਜਾਂਗੇ, ਤਾਂ ਕਿ ਉੱਥੋਂ ਪੜ੍ਹ ਕੇ ਆ ਕੇ ਸਾਡੇ ਬੱਚਿਆਂ ਨੂੰ ਪੜ੍ਹਾਉਣ। ਉਹਦੇ ਵਿੱਚ ਅਸੀਂ ਬਿਲਕੁਲ 100% ਕਾਮਯਾਬ ਹੋਇਆਂਗੇ, ਸਕੂਲ ਆਫ ਐਮੀਨੈਂਸ ਵੀ ਬਣਨ ਲੱਗ ਗਏ, ਔਰ ਸਾਡੇ ਅਧਿਆਪਕ, ਸਾਡੇ ਟੀਚਰ ਜਿਹੜੇ ਨੇਗੇ ਉਹ ਬਾਹਰਲੇ ਸਟੇਟਾਂ ਜਾ ਕੇ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਟ੍ਰੇਨਿੰਗ ਲੈ ਕੇ ਆਏ ਨੇ। ਸਾਡੀ ਜਿਹੜੀ ਇਹ ਗਰੰਟੀ ਸੀਗੀ ਉਹ ਅਸੀਂ ਲਗਭਗ ਉੱਥੇ ਪੂਰੀ ਹੋ ਚੁੱਕੀ ਹੈ। ਔਰ ਦੂਜੀ ਗਰੰਟੀ ਸੀ ਪੰਜਾਬ ਦੇ ਲੋਕਾਂ ਨੂੰ ਕਿ 300 ਯੂਨਿਟ ਅਸੀਂ ਫਰੀ ਆਫ ਕਾਸਟ ਇਲੈਕਟ੍ਰੀਸਿਟੀ ਦੇਵਾਂਗੇ। ਇਹਦੇ 'ਚੋਂ ਮੈਨੂੰ ਲੱਗਦਾ ਬਹੁਤ ਸਾਰੇ ਤੁਹਾਡੇ 'ਚੋਂ ਤਾਂ ਵੈਸੇ ਘੱਟ ਹੋਣਗੇ, ਬਹੁਤ ਸਾਰਿਆਂ ਨੂੰ ਜਿਹੜੀ ਆ ਉਹ 300 ਯੂਨਿਟ ਜਿਹੜੀ ਆ ਉਹ ਮੁਫਤ ਬਿਜਲੀ ਦੀ ਸਕੀਮ ਤੁਹਾਡੇ 'ਚੋਂ ਵੀ ਆਉਂਦੇ। ਤੁਹਾਨੂੰ ਪਤਾ ਕਿ 3 ਮਹੀਨਿਆਂ 'ਚ ਅਸੀਂ ਉਹ ਸੈਕੰਡ ਜਿਹੜੀ ਸਾਡੀ ਕਮਿਟਮੈਂਟ ਸੀ, ਜਿਹੜੀ ਗਰੰਟੀ ਸੀ, ਉਹ ਪੰਜਾਬ ਦੇ ਲੋਕਾਂ ਨਾਲ ਪੂਰੀ ਕੀਤੀ। ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਦਾ ਵਾਅਦਾ ਸੀਗਾ ਕਿ ਪਰਮਾਤਮਾ ਨਾ ਕਰੇ ਜੇਕਰ ਪੰਜਾਬ ਦਾ ਕੋਈ ਨੌਜਵਾਨ, ਪੰਜਾਬ ਦਾ ਕੋਈ ਸੈਨਿਕ ਸੁਰੱਖਿਆ ਬਲ ਦੇ ਅੰਦਰ ਸ਼ਹਾਦਤ ਦਾ ਜਾਮ ਪੀ ਜਾਂਦਾ, ਸ਼ਹੀਦ ਹੋ ਜਾਂਦਾ, ਤਾਂ ਅਸੀਂ ਉਹਨੂੰ 1 ਕਰੋੜ ਰੁਪਈਆ ਸਹਾਇਤਾ ਰਾਸ਼ੀ ਵਜੋਂ ਦੇਵਾਂਗੇ। ਉਹ ਅਸੀਂ ਵਾਅਦਾ ਬਾਖੂਬੀ ਪੰਜਾਬ ਦੇ ਲੋਕਾਂ ਨੇ ਨਿਭਾਇਆ, ਪੂਰਾ ਹੋ ਗਿਆ, ਔਰ 100% ਅਸੀਂ ਉਹਦੀ ਕਮਿਟਮੈਂਟ ਦੇ ਨਾਲ ਉੱਥੇ ਖਰੇ ਉਤਰਿਆ। ਮੈਂ ਦੱਸ ਰਿਹਾ, ਇਹ ਜਿਹੜੀਆਂ ਗਰੰਟੀਆਂ ਦੀ ਗੱਲ ਕਰ ਰਿਹਾ, ਸਿਰਫ ਮੈਂ ਸਮਝਦਾ ਮੋਟੀ ਮੋਟੀ ਇੱਕ ਗਰੰਟੀ ਰਹਿ ਗਈ, ਉਹ ਵੀ ਬੜੀ ਜਲਦੀ ਪੂਰੀ ਕਰਾਂਗੇ, ਪਰ ਲੇਕਿਨ ਹੁਣ ਤੱਕ ਲਗਭਗ ਅਸੀਂ ਆਪਣੀਆਂ 85% ਤੋਂ ਉੱਪਰ ਗਰੰਟੀਆਂ ਜਿਹੜੀਆਂ ਉਹ ਪੂਰੀਆਂ ਪੰਜਾਬ 'ਚ ਕਰ ਚੁੱਕੇ ਹਾਂਗੇ। ਸੋ ਬਿਲਕੁਲ ਇਹਦੇ ਨਾਲ ਦੀ ਨਾਲ ਅਸੀਂ ਆਪਣਾ ਰੈਵਨਿਊ ਜਿਹੜਾ ਗਾ ਉਹਦੇ ਅੰਦਰ ਵੀ ਅਸੀਂ ਵਾਧਾ ਕੀਤਾ ਗਾ। ਦੇਖੋ ਪਿਛਲੀ ਸਰਕਾਰ ਦੇ ਸਮੇਂ 6% ਦਾ ਵਾਧਾ, ਸਿਰਫ 6% ਦਾ ਵਾਧਾ ਪਿਛਲੇ 5 ਸਾਲਾਂ ਦੌਰਾਨ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ ਔਨ ਟੈਕਸ ਰੈਵਨਿਊ ਦੇ ਵਿੱਚ ਹੋਇਆ ਸੀ, ਸਾਡੇ ਆਪਣੇ ਮਾਲੀਏ ਦੀ ਕਲੈਕਸ਼ਨ 'ਚ ਹੋਇਆ ਸੀ। ਔਰ ਉਸ ਤੋਂ ਪਹਿਲਾਂ ਜਿਹੜੀ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ, ਉਹਦੇ 'ਚ 8% ਹੋਇਆ ਸੀ। ਤਾਂ ਸਾਡੀ ਸਰਕਾਰ ਨੇ ਇਮਾਨਦਾਰੀ ਦੇ ਨਾਲ ਉਹਦੇ 'ਚ ਕਿੰਨਾ ਵਾਧਾ ਹੋ ਗਿਆ,
13% ਦਾ ਵਾਧਾ ਹੋਇਆ, 13% ਦਾ ਵਾਧਾ ਹੋਇਆ। ਇਹ ਮੇਰੀਆਂ ਰਿਪੋਰਟ ਨਹੀਂ, ਇਹ ਕੈਗ ਦੀ ਰਿਪੋਰਟ ਆ। ਕਈ ਵਾਰ ਕੁਛ ਸੱਜਣ ਕਹਿ ਦਿੰਦੇ ਨੇ, ਸਾਡੇ ਅਫਸਰ ਸਾਹਿਬ ਬਾਹਰ ਬੈਠੇ ਨੇ, ਇਹ ਜਿਹੜਾ ਡਬਲ 6 ਤੋਂ 12, 12 ਤੋਂ ਵੀ 13, ਡਬਲ ਤੋਂ ਵੀ ਉੱਪਰ ਦਾ ਵਾਧਾ ਹੋਇਆ ਗਾ। ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਆ, ਉਹਨਾਂ ਦੀ ਇਮਾਨਦਾਰੀ, ਨੇਕ ਨੀਤੀ ਦੀ ਸੋਚ ਆ। ਜਿੱਥੇ ਕਿਤੇ ਚੋਰੀ ਹੁੰਦੀ ਸੀਗੀ, ਉਹ ਚੋਰੀਆਂ ਖਤਮ ਕੀਤੀਆਂ ਨੇਗੀਆਂ। ਟੈਕਸ ਦੇ ਅੰਦਰ GST ਦੀ ਮੈਂ ਗੱਲ ਕਰਾਂ, ਹੈਦਰਾਬਾਦ IIT ਵਰਗੇ ਜਿਹੜੀਆਂ ਇੰਸਟੀਟਿਊਸ਼ਨ ਨੇ, ਉਹਨਾਂ ਨਾਲ ਕਲੈਬੋਰੇਸ਼ਨ ਕਰਕੇ ਉਹਨਾਂ ਦੇ ਮਾਡਲ, ਉਹਨਾਂ ਦੇ ਮੋਡਿਊਲਸ ਜਿਹੜੇ ਅਸੀਂ ਪਰਚੇਜ ਕੀਤੇ ਨੇਗੇ, ਉਹਨਾਂ ਨੂੰ ਪੰਜਾਬ 'ਚ ਲਾਗੂ ਕੀਤਾ ਗਾ। ਜਦੋਂ ਪੰਜਾਬ 'ਚ ਲਾਗੂ ਹੋਏ ਤਾਂ ਉਹਦੇ ਨਾਲ ਬਹੁਤ ਵੱਡੇ ਪੱਧਰ 'ਤੇ ਪੰਜਾਬ 'ਚ ਚੋਰੀ ਵੀ ਰੁਕੀ ਆ, ਔਰ ਉਹ ਸਾਰਾ ਪੈਸਾ ਜਿਹੜਾ ਉਹ ਸਾਡੇ ਖਜ਼ਾਨੇ 'ਚ ਆਇਆ ਗਿਆ। ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਬਿੱਲ ਲਾਓ, ਨਾਮ ਪਾਓ ਸਕੀਮਾਂ, ਨਵੀਆਂ ਨਵੀਆਂ ਟੈਕਸ ਇੰਟੈਲੀਜੈਂਟ ਯੂਨਿਟ ਦੀ ਸਥਾਪਨਾ, ਇਹ ਸਾਰੇ ਸਰਕਾਰ ਦੇ 2 ਸਾਲਾਂ 'ਚ ਪੋਜ਼ਿਟਿਵ ਕੰਮ ਨੇ, ਜਿਨ੍ਹਾਂ ਦੇ ਨਾਲ ਸਾਡੇ ਟੈਕਸ ਦੀ ਕੁਲੈਕਸ਼ਨ ਜਿਹੜੀ ਆ ਉਹ ਵਧੀਆ। ਦੇਖੀਏ, ਜਿਤਨਾ ਹਮ ਜਹਾਂ ਜਹਾਂ ਟੈਕਸ ਕੀ ਚੋਰੀ ਹੋ ਰਹੀ ਹੈ, ਉਸ ਟੈਕਸ ਚੋਰੀ ਕੋ ਹਮ ਲਗਾਤਾਰ ਖਤਮ ਕਰ ਰਹੇ ਹੈ। ਨੈਕਸਟ ਈਅਰ 2024-25 ਕੇ ਲੀਏ ਹਮਨੇ ਆਪਣਾ GST ਕਾ ਰੈਵਨਿਊ ਟਾਰਗੇਟ ਕੀਆ ਹੈ 25,750 ਰੁਪਏ। ਐਸਟੀਮੇਟ ਕੀਆ ਹੈ ਕਿ 25,750 ਰੁਪਏ ਉਸਮੇ ਹਮਨੇ ਬੜੋਤਰੀ ਕਰਨੀ ਹੈ, ਉਸਮੇ ਹਮਨੇ ਉਸਕੋ ਆਗੇ ਲੈ ਜਾਣਾ ਹੈ। ਇਸੇ ਤਰੀਕੇ ਵੈਟ ਵੈਲਿਊ ਐਡਡ ਟੈਕਸ ਦੀ ਮੈਂ ਗੱਲ ਕਰਾਂ, 8,550, ਹਾਂਜੀ 8,550 ਕਰੋੜ। ਸਟੇਟ ਦੀ ਐਕਸਾਈਜ਼ ਤੋਂ 10,350, ਪਹਿਲੀ ਵਾਰ ਹੋਇਆਗਾ ਕਿ 5 ਦਾ ਅੰਕੜਾ 5 ਡਿਜਿਟ ਦੇ ਅੰਦਰ ਪੰਜਾਬ ਦੀ ਐਕਸਾਈਜ਼ ਪਾਲਿਸੀ ਤੋਂ ਪੈਸੇ ਵਧਾਏ ਗਏ ਹਨ। ਜਦਕਿ ਪੁਰਾਣੀ ਸਰਕਾਰ ਜਿਹੜੀ ਕਾਂਗਰਸ ਦੀ ਸੀ, ਅਕਾਲੀ ਦਲ BJP ਦੀ ਸੀ, ਉਹਨਾਂ ਦੇ ਸਮੇਂ ਤੱਕ ਸਿਰਫ 6,151, ਮੈਂ ਬਿਲਕੁਲ ਇਹ ਦੇਖ ਲਿਓ, ਕਿਤੇ ਵੀ ਚੈੱਕ ਕਰ ਲਿਓ, ਸਿਰਫ 6,151 ਕਰੋੜ ਦਾ ਸਾਲਾਨਾ ਐਕਸਾਈਜ਼ ਤੋਂ ਕਮਾਈ ਹੁੰਦੀ ਸੀ ਸਾਡੀ ਸਰਕਾਰ 'ਚ। ਪਿਛਲੇ ਸਾਲ ਅਸੀਂ 10,000 ਦੇ ਨੇੜੇ ਪਹੁੰਚੇ ਸੀ, ਇਸ ਵਾਰ ਅਸੀਂ 10,350 ਕਰੋੜ ਰੁਪਏ ਨੂੰ ਕ੍ਰੋਸ ਕਰ ਰਹੇ ਹਾਂ। ਇਹ ਇੱਕ ਮੈਂ ਸਮਝਦਾ ਬਹੁਤ ਹੀ ਹਿਸਟੋਰੀਕਲ ਸਟੈਪ ਆ, ਤਾਂ ਹੋ ਸਕਿਆ ਕਿਉਂਕਿ ਨਵੀਂ ਐਕਸਾਈਜ਼ ਦੀ ਪਾਲਿਸੀ ਆਈ, ਜਿਹੜੀ ਸਮਗਲਿੰਗ ਅਦਰ ਸਟੇਟਸ ਤੋਂ ਹੁੰਦੀ ਸੀ, ਉਹ ਜਿਹੜੀ ਸਮਗਲਿੰਗ ਸੀ ਉਹਨੂੰ ਕਰਵ ਕੀਤਾ ਗਿਆ, ਉਹਨੂੰ ਖਤਮ ਕੀਤਾ ਗਿਆ।